ਹਲੂਆ ਗੇਟ ਕਿਹਾ ਜਾਂਦਾ। ਮਹਾਰਣਜੀਤ ਸਿੰਘ ਜੀ ਦੀ ਖਾਲਸਾ ਫੌਜ ਦੇ ਸੈਨਾਪਤੀ ਸਰਦਾਰ ਹਰੀ ਸਿੰਘ ਨਲੂਆ ਜੀ ਦੇ ਨਾਂ ਉੱਤੇ ਇਸ ਦਾ ਨਾਮ ਹੈ। ਹਰੀ ਸਿੰਘ ਨਲੂਆ ਸੰਤ ਸਿਪਾਹੀ ਪਰੰਪਰਾ ਦੀ ਇੱਕ ਸ਼ਾਨਦਾਰ ਮਿਸਾਲ ਹਨ। ਇੱਕ ਖੂੰਖਾਰ ਸ਼ੇਰ ਨਾਲ ਨੰਗੇ ਹੱਥੀਂ ਕੇਵਲ ਅਤੇ ਨੌਵਾਂ ਲੜਨ ਵਾਲੇ ਕਾਰਨਾਮੇ ਕਰਨ ਵਾਲੇ ਹਰੀ ਸਿੰਘ ਨਲੂਆ ਜੀ ਸਨ। ਅਤੇ ਅਨੇਕਾਂ ਮੇਨ ਦੀ ਐਂਟਰੈਂਸ ਇੱਥੋਂ ਸਟਾਰਟਿੰਗ ਗੇਟ ਹੋ ਜਾਂਦਾ ਅਤੇ ਸ਼ੇਰਾਂ ਨਾਲ ਅਤੇ ਆਹ ਪੁਰਾਣੇ ਕਮਰੇ ਜਿਹੜੇ ਹੁੰਦੇ ਸੀ ਜਿਵੇਂ ਦਰਬਾਰੀ ਹੁੰਦੇ ਸੀ ਉਹ। ਸਤਿ ਦੋਸਤੋ, ਮੈਂ ਤੁਹਾਡਾ ਜੱਗੀ ਖਾਈ ਵਾਲਾ ਇਸ ਟਾਈਮ ਪਹੁੰਚਿਆ ਗੋਬਿੰਦਗੜ੍ਹ ਕਿਲ੍ਹਾ, ਜਿਹੜਾ ਵੀ ਦਰਬਾਰ ਸਾਹਿਬ ਤੋਂ ਕਾਫੀ ਕਿਲੋਮੀਟਰ 'ਤੇ ਹੈ, 2.5 ਕਿਲੋਮੀਟਰ ਹੋ ਜਾਂਦਾ। ਅਤੇ ਜਿਹੜੇ ਬੰਦੇ ਬਾਈਕ 'ਤੇ ਜਾਂ ਸਾਈਕਲਿੰਗ 'ਤੇ ਆਉਂਦੇ ਆ ਉਹਨਾਂ ਰਾਹੀਂ ਤਾਂ ਫਿਰ ਸੌਖਾ ਹੋ ਜਾਂਦਾ ਗਾ ਜਾਣਾ ਕਰਨਾ, ਅਤੇ ਨਹੀਂ ਤਾਂ ਫਿਰ ਐਂ ਵੀ ਕਾਫੀ ਦੂਰ ਪੈ ਜਾਂਦਾ, 2-3 ਕਿਲੋਮੀਟਰ ਪੈ ਜਾਂਦਾ ਦਰਬਾਰ ਸਾਹਿਬ ਤੋਂ। ਆਹ ਬੈਕ ਸਾਈਡ ਤੁਸੀਂ ਬਿਲਡਿੰਗ ਦੇਖ ਰਹੇ ਹੋ ਜਿਹੜੀ ਆ ਲਿਖਿਆ ਹੋਇਆ, ਇਹਦਾ ਪਾਰਕਿੰਗ ਏਰੀਆ ਅਤੇ ਇੱਥੇ ਟਿਕਟ ਵਗੈਰਾ। ਕਿਲ੍ਹਾ ਆਉਣਾ ਅਤੇ ਆਹ ਜਿਹੜਾ ਆਪਾਂ ਕਹਿ ਦਈਏ ਬਰਥਵੀਆਂ ਬੜੀਆਂ ਦੇ ਦਿੱਤੀਆਂ ਅਤੇ ਆਹ ਟਿਕਟਾਂ ਵਗੈਰਾ ਦਿੱਤੀਆਂ ਆਪਾਂ ਨੂੰ। ਆਹ ਟਿਕਟਾਂ ਇਸ ਕਿਲ੍ਹੇ ਦੇ ਵਿੱਚ ਜਾਣ ਲਈ ਕਾਫੀ ਟਿਕਟਾਂ ਨੇ। ਅਤੇ ਜਿਹੜੇ ਕਿ ਆਹ ਜਿਹੜਾ ਮੇਨ ਰੋਡ ਚੌਂਕ ਆ ਜਾਊਗਾ ਜਿਹੜਾ ਮਤਲਬ ਇੱਥੇ ਕਿਲ੍ਹੇ ਨੂੰ ਸਿੱਧਾ ਜਾਂਦਾ ਟੈਂਕ ਵਗੈਰਾ, ਅਤੇ ਇੱਧਰ ਆਰਮੀ ਦਾ ਏਰੀਆ, ਆਹ ਆਰਮੀ ਦਾ ਏਰੀਆ ਆ ਜਾਂਦਾ। ਅਤੇ ਜਦੋਂ ਐਂਟਰੀ 'ਤੇ ਆਉਂਦੇ ਹਾਂ ਅਤੇ ਆਹ ਜਿਹੜੇ ਇਹਨਾਂ ਦੇ ਔਫਿਸਰ ਰੈਂਕ ਦੇ ਆ ਉਹਨਾਂ ਨੇ ਕਿਲ੍ਹੇ ਨੂੰ ਅਤੇ ਲਿਖਿਆ ਹੋਇਆ ਜਿਹੜਾ ਵੀ ਇਹਨਾਂ ਨੇ ਵਰਡਿੰਗ ਲਿਖੀ ਹੋਈ ਆ। ਮਿੱਤਰੋ, ਇਸ ਟਾਈਮ ਆਪਾਂ ਆ ਗਏ ਹਾਂ ਲੋਹਗੜ੍ਹ ਸਾਹਿਬ ਦੇ ਕੋਲ, ਗੋਬਿੰਦਗੜ੍ਹ ਕਿਲ੍ਹਾ ਜਿਹੜਾ ਵੀ ਟੂਰਿਜ਼ਮ ਨੂੰ ਪ੍ਰਮੋਟ ਕਰਨ ਦੇ ਲਈ ਇਹਨਾਂ ਨੇ ਗਵਰਨਮੈਂਟ ਨੇ ਤਿਆਰ ਕੀਤਾ ਗਾ। ਇਹ ਸ਼ਾਇਦ ਪੁਰਾਤਨ ਆ, ਇਹਦੇ ਬਾਰੇ ਜਾਣਕਾਰੀ ਆਪਾਂ ਲੈਂਦੇ ਹਾਂ ਅੰਦਰ ਜਾ ਕੇ, ਠੀਕ ਹੈ। ਅਤੇ ਇਹਦੇ ਬਾਰੇ ਕੁਛ ਅੰਦਰੋਂ ਪਤਾ ਲੱਗੂਗਾ ਅਤੇ ਕਿਲ੍ਹੇ ਦੇ ਵਿੱਚ ਕੀ ਕੀ ਚੀਜ਼ ਬਣੀ ਹੋਈ ਹੈ। ਅਤੇ ਜਿਵੇਂ ਆਹ ਕਿਲ੍ਹਾ ਗੋਬਿੰਦਗੜ੍ਹ ਸ਼ੇਰੇ ਪੰਜਾਬ ਮਹਾਰਣਜੀਤ ਸਿੰਘ, ਇਹਦੇ ਸ਼ੋਅ ਵਗੈਰਾ ਵੀ ਲੱਗਦੇ ਇਹਨਾਂ ਦੇ। ਆਹ ਸਟਾਰਟਿੰਗ ਪੁਆਇੰਟ ਆ ਇਹਨਾਂ ਦਾ, ਇਹ ਮੇਨ ਦੀ ਐਂਟਰੈਂਸ ਇੱਥੋਂ ਸਟਾਰਟਿੰਗ ਗੇਟ ਹੋ ਜਾਂਦਾ। ਅਤੇ ਸ਼ਾਇਦ ਬਹੁਤ ਘੱਟ ਲੋਕ ਹੈ ਇਧਰਲੀ ਸਾਈਡ ਨੂੰ ਆਉਂਦੇ ਆ ਅਤੇ ਆਪਣੇ ਪੰਜਾਬੀਆਂ ਦਾ ਪਿੰਡਾਂ ਦੇ ਵਿੱਚੋਂ। ਜਿਹੜੀ ਬਿਲਡਿੰਗ ਦੇ ਬੈਕ ਸਾਈਡ ਤੁਸੀਂ ਦੇਖ ਰਹੇ ਹੋ ਇਹ ਕਿਲ੍ਹੇ ਨੂੰ ਸਾਰੀ ਚੀਜ਼ ਬਣੀ ਹੋਈ ਆ, ਪੁਰਾਤਨ ਦੇ ਵਿੱਚ ਲੱਗਦੀ ਆ ਜਾਂ ਪੁਰਾਤਨ ਆ, ਸਾਰੀ ਇੱਟਾਂ ਪੁਰਾਣੀਆਂ ਲੱਗ ਰਹੀਆਂ ਉਹ ਭਦੌੜੀ ਇੱਟਾਂ ਥੱਲੇ ਜਿਵੇਂ ਤੁਸੀਂ ਦੇਖ ਰਹੇ ਹੋ। ਅਤੇ ਸ਼ੇਅਰ ਜ਼ਰੂਰ ਕਰਤਾ ਨਾ ਦੱਬ ਕੇ ਅੱਗੇ ਤੋਂ ਵਧੀਆ ਵੀਡੀਓ ਲੈ ਕੇ ਆ ਸਕੀਏ। ਅਤੇ ਇਸ ਸਾਈਡ ਤੁਸੀਂ ਦੇਖ ਰਹੇ ਹੋ ਸੀਗਾ ਦੋਸਤੋ, ਮੈਂ ਤੁਹਾਡਾ ਜੱਗੀ ਖਾਈ ਵਾਲਾ ਇਸ ਟਾਈਮ ਪਹੁੰਚਿਆ ਗੋਬਿੰਦਗੜ੍ਹ ਕਿਲ੍ਹਾ ਦੇ ਸ਼੍ਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹਾ ਡਿਸਟ੍ਰਿਕਟ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿਹੜਾ ਗੋਬਿੰਦਗੜ੍ਹ ਕਿਲ੍ਹਾ ਗਾ ਹੈ ਨਾ, ਉੱਥੇ ਪਹੁੰਚੇ ਹਾਂ ਅਤੇ ਅੱਜ ਤੁਹਾਨੂੰ ਇਸ ਦੇ ਦਰਸ਼ਨ ਕਰਵਾਉਣੇ ਆ। ਸਟਾਰਟਿੰਗ ਆ ਜਿਹੜੀ ਸ਼ੇਰਾਂ ਨਾਲ ਅਤੇ ਆਹ ਪੁਰਾਣੇ ਕਮਰੇ ਜਿਹੜੇ ਹੁੰਦੇ ਸੀ ਜਿਵੇਂ ਦਰਬਾਰੀ ਹੁੰਦੇ ਸੀ ਉਸ ਤਰੀਕੇ ਦੇ ਕਿਲ੍ਹੇ ਨੁਮਾ ਗੇਟ ਆ, ਇਹ ਬਾਅਦ 'ਚ ਬਣੇ ਲੱਗਦੇ ਆ। ਅਤੇ ਗੇਟ ਦੇ ਉੱਪਰ ਹੀ ਨਗਾਰੇ ਰੱਖੇ ਹੋਏ ਆ ਅਤੇ ਦੋਨੇ ਸਾਈਡਾਂ, ਅਤੇ ਆਹ ਘੜਿਆਲ ਰੱਖੀ ਹੋਈ ਆ ਜਿਹਨੂੰ ਆਪਾਂ ਘੰਟਾ ਕਹਿ ਦਿੰਦੇ ਹਾਂ ਕਈ। ਇਹਨਾਂ ਇਹ ਮੰਨਿਆ ਜਾਂਦਾ ਹੈ ਕਿ ਇਹ ਟੱਲ ਅੰਮ੍ਰਿਤਸਰ ਸਾਹਿਬ ਦੇ ਲਈ UK ਦੇ ਸ਼ਹਿਰ ਸੇਫੀਲੈਂਡ ਵਿੱਚ 1863 ਈਸਵੀ ਨੂੰ ਨਾਇਲਰ ਵਿਕਸ ਦੁਆਰਾ ਬਣਾਇਆ ਗਿਆ ਸੀ।
ਕਿਸੇ ਅੰਗਰੇਜ਼ ਦੁਆਰਾ ਬਣਾਇਆ ਗਿਆ ਸੀ ਆ, ਉੱਤੇ ਜਿਹੜੇ ਇਹਦੀ ਮੀਨਾਕਾਰੀ ਕੀਤੀ ਹੋਈ ਆ। ਹਜੇ ਮੈਂ ਆਪਣੇ ਕਹਦੀਏ ਵੀ ਪੰਚ ਮਾਰੇ ਹੋਏ ਆ, ਇੰਗਲਿਸ਼ ਦੇ ਵਿੱਚ ਮਾਰੇ ਹੋਏ ਆ ਗੋਰਿਆਂ ਦੁਆਰਾ, ਸਾਰੀ ਇੰਗਲਿਸ਼ ਦੇ ਵਿੱਚ ਲਿਖਿਆ ਹੋਇਆ। ਇਹ ਦੁਬਾਰਾ ਬਾਅਦ 'ਚ ਫਿੱਟ ਕੀਤਾ ਗਿਆ ਲੱਗਦਾ ਗਾ। ਦੋਸਤੋ ਇਸ ਲੋਹਗੜ੍ਹ ਕਿਲੇ ਦੇ ਵਿੱਚ ਇਸ ਟਾਈਮ, ਅਤੇ ਮੈਂ ਇਹ ਚੀਜ਼ ਪਹਿਲਾਂ ਵੀ ਦੇਖੀ ਆ, ਜਿਵੇਂ ਮਤਲਬ ਡਾਊਨ ਰੱਖਿਆ ਗਿਆ ਅਤੇ ਕਿਲੇ ਨੂੰ ਹਮੇਸ਼ਾ ਉੱਚਾ ਰੱਖਿਆ ਜਾਂਦਾ। ਇਹਦਾ ਇੱਕ ਤਾਂ ਇਹ ਕਾਰਨ ਹੋ ਸਕਦਾ ਵੀ ਜਿਵੇਂ ਕਿ ਪਾਣੀ ਦੀ ਜੋ ਕਿ ਪਾਣੀ ਦਾ ਚੜਾਅ ਹੋ ਜਾਂਦਾ ਤਾਂ ਕਿਲਾ ਉੱਚਾ ਰਹੇ, ਅਤੇ ਜਾਂ ਕੋਈ ਜਦੋਂ ਫਿਰ ਪਾਣੀ ਵਿੱਚ ਛੱਡਿਆ ਜਾ ਸਕਦਾ ਹੋਵੇ ਕਿ ਜਦੋਂ ਲੜਾਈ ਲੱਗਦੀ ਹੋਵੇ ਅਤੇ ਉਹਦੇ 'ਚ ਬਹੁਤ ਸਾਰੇ ਲੋਕਾਂ ਨੂੰ ਮਤਲਬ ਖਤਰੇ ਤੋਂ ਬਚਾਇਆ ਜਾ ਸਕੇ ਅਤੇ ਚੜ੍ਹਾਈ ਕਰਨੀ ਔਖੀ ਹੋ ਸਕੇ। ਆਹ ਮੇਨ ਐਂਟਰੈਂਸ ਆ, ਇਸ ਨੂੰ ਮਹਾਰਾਣੀ ਜੀਤ ਸਿੰਘ ਨਲੂਆ ਗੇਟ ਕਿਹਾ ਜਾਂਦਾ। ਮਹਾਰਾਣੀ ਜੀਤ ਸਿੰਘ ਜੀ ਦੀ ਖਾਲਸਾ ਫੌਜ ਦੇ ਸੈਨਾਪਤੀ ਸਰਦਾਰ ਹਰੀ ਸਿੰਘ ਨਲੂਆ ਜੀ ਦੇ ਨਾਂ ਉੱਤੇ ਇਸ ਦਾ ਨਾਮ ਹੈ। ਹਰੀ ਸਿੰਘ ਨਲੂਆ ਸੰਤ ਸਿਪਾਹੀ ਪਰੰਪਰਾ ਦੀ ਇੱਕ ਸ਼ਾਨਦਾਰ ਮਿਸਾਲ ਹਨ। ਇੱਕ ਖੂੰਖਾਰ ਸ਼ੇਰ ਨਾਲ ਨੰਗੇ ਹੱਥੀਂ ਕੇਵਲ ਅਤੇ ਨੌਹਾਂ ਲੜਨ ਵਾਲੇ ਕਾਰਨਾਮੇ ਕਰਨ ਵਾਲੇ ਹਰੀ ਸਿੰਘ ਨਲੂਆ ਜੀ ਸਨ, ਅਤੇ ਅਨੇਕਾਂ ਇਹਨਾਂ ਦੀਆਂ ਗੱਲਾਂ ਲਿਖੀਆਂ ਹੋਈਆਂ ਹਰੀ ਸਿੰਘ ਨਲੂਆ ਜੀ ਦੀਆਂ, ਅਤੇ ਆਹ ਇਲੈਕਟ੍ਰੀਕਲ ਜਿਹੜੀਆਂ ਮਿਸਾਲਾਂ ਲੱਗੀਆਂ ਹੋਈਆਂ। ਅਤੇ ਕਿਲੇ ਦਾ ਐਂਟਰੈਂਸ ਆ, ਜਿਵੇਂ ਭੀੜਾ ਨੁਮਾ ਕੋਈ ਜਦੋਂ ਕੋਈ ਇੱਧਰ ਮਤਲਬ ਜਿਵੇਂ ਕਿਸੇ 'ਤੇ ਹਮਲਾ ਕਰਨਾ ਹੋਵੇ, ਇੱਧਰ ਫੌਜ ਜਿਵੇਂ ਚੜ੍ਹ ਕੇ ਜਾਂਦੀ ਆਪਾਂ ਫਿਲਮਾਂ ਦੇ ਵਿੱਚ ਦੇਖਦੇ ਹਾਂ, ਉਹ ਐਂਟਰੈਂਸ ਆ ਸਾਰਾ ਸੇਮ ਹੀ ਦੋਨੇ ਸਾਈਡਾਂ ਤੋਂ। ਅਤੇ ਐਂਟਰੈਂਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਜਿਵੇਂ ਆਹ ਪੁਰਾਣੀਆਂ ਬਿਲਡਿੰਗਾਂ ਦੇ ਵਿੱਚ ਹੈ ਨਾ, ਆਹ ਕੈਦਖਾਨਾ, ਇਹ ਕੈਦਖਾਨਾ ਜੀ ਖਾਸ ਕਰਕੇ ਬਸਤੀਵਾਦੀ ਸਮੇਂ ਦੀ ਭਾਵਨਾ ਨਿਰਮਾਣ ਸ਼ੈਲੀ ਸਾਹਮਣੇ ਮੱਥੇ ਉੱਤੇ ਆਰਥ ਗੋਲਾਕਾਰ ਕੰਮ ਜਾਂ ਲੱਕੜੀ ਦੀਆਂ ਰੋਸ਼ਨ ਦਾਣ ਵਾਲਾ ਸਾਜਾ, ਸਾਹਮਣੇ ਬਰਾਂਡਾ ਆਧੁਨਿਕ ਇੱਟਾਂ ਦੀ ਚਿਣਾਈ ਜਿਹੜਾ ਆਹ ਬਣਿਆ ਹੋਇਆ। ਇਹ ਕੈਦੀਆਂ ਨੂੰ ਰੱਖਦੇ ਹੁੰਦੇ ਸੀ ਆਪਣੇ ਸਿੰਘ, ਅਤੇ ਕੈਦੀਆਂ ਨੂੰ ਇਸ ਕੋਠੜੀ 'ਚ ਰੱਖਿਆ ਜਾਂਦਾ ਸੀ। ਇਹ ਤਾਂ ਇਲੈਕਟ੍ਰੀਕਲੀ ਬਾਅਦ 'ਚ ਬਣਾਇਆ ਗਿਆ, ਕੁਛ ਚੀਜ਼ਾਂ ਕੀਤੀਆਂ ਗਈਆਂ। ਅਤੇ ਜਿਵੇਂ ਆਹ ਏਰੀਆ ਕੁਛ ਪੁਰਾਤਨ ਨੂੰ ਦਰਸਾਉਂਦਾ, ਜਿਵੇਂ ਆ ਇੱਧਰਲੀ ਸਾਈਡ ਸਟਾਰਟਿੰਗ ਦੇ ਵਿੱਚ ਜਿਵੇਂ ਆਓ ਦੂਰ ਹੈ ਨਾ, ਅਤੇ ਆਹ ਤੋਪ ਪੁਰਾਣੀਆਂ ਤੋਪਾਂ ਰੱਖੀਆਂ ਹੋਈਆਂ, ਜਿਵੇਂ ਆ ਦੂਰ ਤੱਕ ਉਹ ਪੁਰਾਣੀਆਂ ਤੋਪਾਂ ਰੱਖੀਆਂ ਹੋਈਆਂ ਇੱਥੇ। ਅਤੇ ਬਾਕੀ ਤਾਂ ਹੁਣ ਪੁਰਾਤਨ ਦੇ ਵਿੱਚ ਤਾਂ ਬਹੁਤ ਘੱਟ ਚੀਜ਼ਾਂ ਰਹਿ ਜਾਂਦੀਆਂ, ਬਾਕੀ ਡੈਕੋਰੇਟ ਕੀਤਾ ਗਿਆ ਇਹਨੂੰ ਥੋੜ੍ਹਾ ਬਹੁਤ। ਆਹ ਜਿਵੇਂ ਆਪਣੇ ਹਰੇਕ ਗੁਰਦੁਆਰਾ ਸਾਹਿਬ 'ਚ ਬੌਲੀ ਹੁੰਦੀ ਆ, ਇਹ ਬੌਲੀ ਬਣਾਈ ਗਈ ਸੀਗੀ ਛੋਟੀ ਇੱਟਾਂ ਦੀ। ਅਤੇ ਬੌਲੀ ਪਾਣੀ ਸਾਫ ਭਰਨ ਵਾਸਤੇ, ਆਹ ਵੀ ਇੱਧਰਲੀ ਸਾਈਡ ਕੋਈ ਬਿਲਡਿੰਗ ਆ, ਇਹਨਾਂ ਨੇ ਸ਼ਾਇਦ ਮਿਊਜ਼ੀਅਮ ਤੌਰ 'ਤੇ ਕਿਤਾਬਾਂ ਵਗੈਰਾ ਰੱਖਣ ਵਾਸਤੇ ਬਣਾਈ ਹੋਊਗੀ ਬਾਅਦ 'ਚੋਂ। ਵੈਸੇ ਪੁਰਾਣੀ ਬਿਲਡਿੰਗ ਲੱਗਦੀ ਆ, ਇਹਨੂੰ ਕੁਛ ਵੀ ਦਿੱਤਾ ਹੋ ਸਕਦਾ, ਆ ਪੁਰਾਤਨ ਦੇ ਵਿੱਚ ਕੁਛ ਹੋ ਸਕਦਾ ਵੀ ਪੁਰਾਣੇ ਚੜ੍ਹਨ ਨੂੰ ਕਮਰੇ ਹੋਣ ਅਤੇ ਬਾਅਦ 'ਚ ਇਹਨਾਂ ਨੇ ਪੌੜੀਆਂ ਦੁਬਾਰਾ ਬਣਾਈਆਂ ਹੋਣ, ਕਿਉਂਕਿ ਇੱਟ ਦੁਬਾਰਾ ਲੱਗੀ ਹੋਈ ਆ ਉੱਥੇ ਜਿਹੜੀ ਰੰਗ ਵਗੈਰਾ ਕੀਤੇ ਹੋਏ ਆ।